ਨਾ ਨਾ ਇਸ ਤਰ੍ਹਾਂ ਨਹੀਂ ਹੋਏਗਾ। ਸਭ ਤੋਂ ਪਹਿਲੇ ਆਲ ਨੋਟੀਫਿਕੇਸ਼ਨ ਕਲਿੱਕ ਕਰੋ ਅਤੇ ਫਿਰ ਮੈਂ ਆਪਣਾ ਕੌਮ ਨਾਲ ਖਿਤਾਬ ਸ਼ੁਰੂ ਕਰਾਂਗਾ। ਆਈ ਸਾ, ਆਈ ਕੇਮ, ਆਈ ਕੌਂਕਰਡ। ਮੈਂ ਆਇਆ, ਮੈਨੇ ਦੇਖਾ ਔਰ ਮੈਨੇ ਫਤਿਹ ਕਰ ਲਿਆ। ਯੇ ਹੈ ਮੇਰੀ ਸ਼ਰਟ ਪੇ ਲਿਖਾ ਹੁਆ, ਜੋ ਕਿ ਆਪ ਵੀ ਕਰ ਸਕਤੇ ਹੈ, ਔਰ ਉਸਕੇ ਲੀਏ ਇੰਤਹਾਈ ਅਨਥਕ ਮਿਹਨਤ ਚਾਹੀਏ। ਜਨਾਬ, ਕੱਲ੍ਹ ਤੋਂ ਪਾਕਿਸਤਾਨ ਔਰ ਸ਼੍ਰੀਲੰਕਾ ਦੇ ਦਰਮਿਆਨ ਗਾਲ ਵਿੱਚ, ਪੰਜਾਬੀ ਵਾਲੀ ਗਾਲ ਵਿੱਚ ਨਹੀਂ, ਉਹਨਾਂ ਦੇ ਸ਼ਹਿਰ ਦਾ ਨਾਂ ਹੈ ਗਾਲ, ਉੱਥੇ ਟੈਸਟ ਸ਼ੁਰੂ ਹੋਣ ਜਾ ਰਿਹਾ ਹੈ। ਔਰ ਹੈਰਾਨਕੁਨ ਤੌਰ 'ਤੇ ਐਸੇ ਦਿਨਾਂ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਐਸੇ ਕਪਤਾਨ ਬਾਬਰ ਆਜ਼ਮ ਦੀ ਕਪਤਾਨੀ 'ਚ ਗਾਲ 'ਚ ਮੌਜੂਦ ਸੀ। ਮਗਰ ਇਸ ਟੈਸਟ ਦੀ ਸਭ ਤੋਂ ਵੱਡੀ ਜਿਹੜੀ ਚਾਮ ਹੈ ਉਹ ਇਹ ਵੇ ਕਿ ਸਾਡੇ ਨੌਜਵਾਨ ਫਾਸਟ ਬੋਲਰ ਸ਼ਾਹੀਨ ਸ਼ਾਹ ਅਫਰੀਦੀ ਇਨਸ਼ਾਅੱਲਾ 100 ਵਿਕਟਾਂ ਮੁਕੰਮਲ ਕਰਨ ਜਾ ਰਹੇ ਨੇ ਟੈਸਟ ਕ੍ਰਿਕਟ ਵਿੱਚ। ਔਰ ਸ਼ਾਹੀਨ ਸ਼ਾਹ ਅਫਰੀਦੀ ਉਹ ਬੋਲਰ ਨੇ, ਦੁਨੀਆ ਦੇ ਮਹਾਨ ਬੱਲੇਬਾਜ਼ ਵੀ ਚਾਲੂ ਨੇ, ਕਿਉਂਕਿ ਉਹਨਾਂ ਦੀ ਸਪੈਸ਼ਲੀ ਜਿਹੜੀ ਇਨ ਸਵਿੰਗਿੰਗ ਟਕਟ ਲੋਕ ਹੀ ਫੜ ਸਕਦੇ ਨੇ। ਇਸ ਤੋਂ ਇਲਾਵਾ ਹਸਨ ਅਲੀ ਫੋਰਮ 'ਚ ਆ ਗਏ ਨੇ, ਜਿਹੜਾ ਕਿ ਪਾਕਿਸਤਾਨ ਕ੍ਰਿਕਟ ਟੀਮ ਵਾਸਤੇ ਇੰਤਹਾਈ ਨੇਕ ਸ਼ਗੂਨ ਸਾਬਿਤ ਹੋਏਗਾ। ਦਿਸ ਇਜ਼ ਵਾਟ ਆਈ ਕੈਨ ਸੇ। ਅਤੇ ਜਨਾਬ, ਜਦੋਂ ਵੀ ਕੋਈ ਟੈਸਟ ਸੀਰੀਜ਼ ਸ਼ੁਰੂ ਹੁੰਦੀ ਹੈ ਜਾਂ ਕੋਈ ਇੰਟਰਨੈਸ਼ਨਲ ਕ੍ਰਿਕਟ ਸ਼ੁਰੂ ਹੁੰਦੀ ਹੈ, ਇਹਨਾਂ ਕੋਲੋਂ ਜਿਹੜੇ ਮੇਰੇ ਫਾਲੋਅਰਸ, ਮੇਰੇ ਦੋਸਤ, ਮੇਰੇ ਫੈਮਿਲੀ ਫਰੈਂਡਸ ਸਭ ਤੋਂ ਜ਼ਿਆਦਾ ਸਵਾਲ ਕਰਦੇ ਨੇ ਕਿ ਯਾਰ ਤਾਬੀ, ਅਸੀਂ ਇਹ ਆ ਰਿਹਾ, ਮੈਂ ਸਫ਼ਰ 'ਚ ਹਾਂ ਅਤੇ ਮੈਂ ਕਿੱਥੇ ਕਿੱਥੇ ਅਤੇ ਮੈਂ ਕਿੱਥੇ ਇਸ ਟੈਸਟ ਮੈਚ, ਵਨ ਡੇ ਜਾਂ T20 ਨੂੰ ਵੇਖ ਸਕਦਾ ਵਾਂ, ਇਹ ਵੀ ਮੈਂ ਤੁਹਾਨੂੰ ਦੱਸਣ ਲੱਗਾ। ਮਗਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਹ ਦੱਸਾਂ ਕਿ ਤੁਸੀਂ ਕਿਹੜੇ ਕਿਹੜੇ ਚੈਨਲ 'ਤੇ ਜਾਂ ਕਿਹੜੀ ਕਿਹੜੀ ਵੈਬਸਾਈਟ 'ਤੇ ਜਾਂ ਕਿਹੜੀ ਕਿਹੜੀ ਐਪ 'ਤੇ ਚੈਂਪੀਅਨਸ਼ਿਪ ਦੇਖ ਸਕੋਗੇ, ਕਿਉਂ ਨਾ ਮੈਂ ਤੁਹਾਨੂੰ ਦੱਸਾਂ ਕਿ ਕਮੈਂਟੇਟਰ ਕੌਣ ਕੌਣ ਹੋਣਗੇ। ਜੀ ਹਾਂ ਰਾਜਾ ਜੀ ਆ ਗਏ ਨੇ ਵਾਪਸ, ਰਾਈਟ ਮੈਨ ਫੋਰ ਦਾ ਰਾਈਟ ਸੀਟ, ਰਮੀਜ਼ ਰਾਜਾ। ਮਗਰ ਸਾਡੇ ਵੱਲ ਪ੍ਰੋਬਲਮ ਹੈ ਕਿ ਇੱਕ ਬੰਦਾ ਸਮਝਦਾ ਹੈ ਕਿ ਅਗਰ ਮੈਂ ਅੱਛੀ ਕਮੈਂਟਰੀ ਕਰ ਸਕਦਾ ਦਿਨਾਂ 'ਚ ਤਾਂ ਮੈਂ ਚੇਅਰਮੈਨ PCB ਵੀ ਬਣ ਸਕਦਾ, ਮੈਂ CEO ਵੀ ਬਣ ਸਕਦਾ, ਮੈਂ ਡਾਇਰੈਕਟਰ ਅਕੈਡਮੀਜ਼ ਵੀ ਬਣ ਸਕਦਾ। ਨਹੀਂ ਜਨਾਬ, ਇਸ ਤਰ੍ਹਾਂ ਨਹੀਂ ਹੁੰਦਾ। ਜਿਹੜਾ ਰਾਈਟ ਮੈਨ ਫੋਰ ਦਾ ਰਾਈਟ ਸੀਟ ਹੋਵੇ ਉਹਨੂੰ ਉਹੀ ਸੀਟ ਜਚਦੀ ਹੈ। ਪਾਕਿਸਤਾਨ ਔਰ ਸ਼੍ਰੀਲੰਕਾ ਦੇ ਦਰਮਿਆਨ ਜਿਹੜੇ ਲੋਕ, ਜਿਹੜੇ ਮਹਾਨ ਫਿਗਰਸ ਕਮੈਂਟਰੀ ਕਰਨਗੇ, ਉਹ ਬੜੀ ਹੈਰਾਨਕੁਨ ਵੀ ਹੈ ਔਰ ਬੜੀ ਮਜ਼ੇਦਾਰ ਵੀ ਹੈ। ਉਹਨਾਂ 'ਚ ਸਭ ਤੋਂ ਪਹਿਲੇ ਰਸਲ ਆਰਨਲਡ, ਜਿਹਨਾਂ ਦਾ ਇੰਟਰਵਿਊ ਤੁਸੀਂ ਮੇਰੇ ਚੈਨਲ 'ਤੇ ਵੇਖ ਸਕਦੇ ਹੋ। ਜਦੋਂ PSL ਦੁਬਈ 'ਚ ਹੁੰਦੀ ਸੀ ਅਤੇ ਮੈਂ ਉਹਨਾਂ ਦਾ ਇੰਟਰਵਿਊ ਕੀਤਾ ਸੀ। ਉਹ ਵਟ ਆ ਨਾਈਸ ਮੈਨ, ਵਟ ਆ ਡਾਊਨ ਟੂ ਅਰਥ ਮੈਨ, ਵਟ ਆ ਹੰਬਲ ਮੈਨ ਇਜ਼ ਰਸਲ ਆਰਨਲਡ, ਰਮੀਜ਼ ਰਾਜਾ। ਅਸੀਂ ਉਹਨਾਂ ਨੂੰ ਆਪਣੀ ਅਸਲ ਜਗ੍ਹਾ 'ਤੇ, ਵਾਪਸੀ 'ਤੇ ਖੁਸ਼ਾਮਦੀਦ ਕਹਿੰਦੇ ਹਾਂ। ਕੁਝ ਲੋਕ ਕਹਿੰਦੇ ਨੇ ਕਿ ਉਹਨਾਂ ਨੂੰ ਸ਼੍ਰੀਲੰਕਨ ਬੋਰਡ ਨੇ ਹਾਇਰ ਕੀਤਾ ਹੈ, ਕੁਝ ਲੋਕ ਕਹਿੰਦੇ ਨੇ ਕਿ ਉਹਨਾਂ ਨੇ ਜ਼ਕਾ ਅਸ਼ਰਫ ਸਾਹਿਬ ਨਾਲ ਰਾਬਤਾ ਕੀਤਾ ਅਤੇ ਉਹਨਾਂ ਨੇ ਉਹਨਾਂ ਨੂੰ ਗ੍ਰੀਨ ਸਿਗਨਲ ਦਿੱਤਾ। ਚਾਹੇ ਜ਼ਕਾ ਅਸ਼ਰਫ ਸਾਹਿਬ ਨੇ ਗ੍ਰੀਨ ਸਿਗਨਲ ਦਿੱਤਾ ਜਾਂ ਸ਼੍ਰੀਲੰਕਨ ਬੋਰਡ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਹੈ, ਉਹਨਾਂ ਦਾ ਕਮੈਂਟਰੀ ਵਿੱਚ ਆਉਣਾ ਨਹਾਇਤ ਹੀ ਖੁਸ਼ ਆਈਂਦੇ ਔਰ ਸਾਨੂੰ ਰਮੀਜ਼ ਰਾਜਾ ਜੀ ਉੱਥੇ ਹੀ ਚੰਗੇ ਲੱਗਦੇ ਨੇ। ਉਸ ਤੋਂ ਬਾਅਦ ਜਨਾਬ, ਰੋਸ਼ਨ ਅਬੇ ਸਿੰਘੇ ਇਹ ਸ਼੍ਰੀਲੰਕਾ ਦੇ ਹੋਣਗੇ, ਕਿ ਇਹ ਸ਼੍ਰੀਲੰਕਾ ਦੇ ਹੋਣਗੇ ਕਿਉਂਕਿ ਬੜੇ ਹੀ ਔਖੇ ਨਾਂ ਨੇ ਉਹਨਾਂ ਦੇ। ਉਸ ਤੋਂ ਬਾਅਦ ਜੀ ਆਮਿਰ ਸੁਹੇਲ ਗੋ, ਉਹਨਾਂ ਦੀ ਇੰਗਲਿਸ਼ ਬਹੁਤ ਉਮਦਾ, ਬਹੁਤ ਗ੍ਰਿਪ ਨਾਲ ਬੋਲਦੇ ਨੇ, ਕੌਮੀ ਕ੍ਰਿਕਟ ਟੀਮ ਦੇ ਸਾਬਕ ਕਪਤਾਨ ਨੇ। ਮਗਰ ਉਹਨਾਂ ਨੂੰ ਅਕਸਰ ਦੂਰ ਰੱਖਿਆ ਜਾਂਦਾ ਹੈ, ਮਗਰ ਹੁਣ ਉਹਨਾਂ ਨੂੰ ਦੂਰ ਨਹੀਂ ਰੱਖਿਆ ਜਾ ਸਕੇਗਾ। ਇਹ ਤੁਹਾਨੂੰ ਟਾਈਮ ਦੇ ਨਾਲ ਪਤਾ ਚੱਲੇਗਾ ਕਿ ਹੁਣ ਸ਼ਾਇਦ ਜਿਹੜਾ ਤੀਰ ਹੈ ਅਤੇ ਜਿਹੜਾ ਕਮਾਨ ਹੈ ਉਹ ਆਮਿਰ ਸੁਹੇਲ ਹੋਰਾਂ ਦੇ ਹੱਥ ਵਿੱਚ। ਟੀਨੋ ਮਾਵੀਓ, ਇਹ ਵੀ ਇੱਕ ਮੰਟੀ ਸ਼ਾਮਿਲ ਨਹੀਂ, ਕੋਈ ਜਪਾਨ ਦਾ ਬੰਦਾ ਹੀ ਹੈ, ਕੌਣ ਹੈ ਮੇਰੀ ਮੈਨੂੰ ਨਹੀਂ ਸਮਝ ਆਇਆ, ਔਰ ਬੜੇ ਔਖੇ ਔਖੇ ਨਾਂ ਨੇ ਜੀ। ਔਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਸ਼ਾਹੀਨ ਸ਼ਾਹ ਅਫਰੀਦੀ ਇਨ ਦਾ ਕੈਪਟਨਸੀ ਆਫ ਬਾਬਰ ਆਜ਼ਮ ਇਜ਼ ਈਗਰਲੀ ਵੇਟਿੰਗ ਫੋਰ ਇਜ 100th ਵਿਕਟ ਇਨ ਟੈਸਟ ਕ੍ਰਿਕਟ, ਲੈਟਸ ਸੀ ਸ਼ਾਹੀਨ ਅਫਰੀਦੀ ਡਿਡ ਇਟ ਇਨ ਹਿਜ਼ ਫਸਟ ਓਵਰ। ਅਫਰੀਦੀ ਵਾਸਤੇ 100 ਵਿਕਟਾਂ ਮੁਕੰਮਲ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ, ਮਗਰ ਮੇਰੀ ਖਾਹਿਸ਼ ਹੈ ਕਿ ਉਹ ਇਹ ਕਾਰਨਾਮਾ
ਹਸਬੇ ਰਵਾਇਤ ਪਹਿਲਾਂ ਹੀ ਓਵਰ 'ਚ ਕਰਨ। ਅਸੀਂ ਇਹ ਕਿੱਥੇ ਵੇਖ ਸਕਦੇ ਹਾਂ, ਅਸੀਂ ਇਹ ਬ੍ਰੌਡਕਾਸਟਿੰਗ ਕਿੱਥੇ ਵੇਖ ਸਕੋਗੇ? ਇੰਡੀਅਨ ਸਬ ਕੌਂਟੀਨੈਂਟਲ ਜਿਹਦੇ 'ਚ ਪਾਕ ਭਾਰਤ ਸਾਰੇ ਇਲਾਕਾ ਜਿਹੜਾ ਆਉਂਦਾ ਜੀ, ਇਹਦੇ ਵਿੱਚ ਤੁਸੀਂ ਸੋਨੀ ਸਪੋਰਟਸ, 10 ਸਪੋਰਟਸ ਔਰ ਸੋਨੀ ਲਾਈਫ 'ਤੇ ਵੇਖ ਸਕੋਗੇ। ਪਾਕਿਸਤਾਨ ਦੇ ਲੋਕ ਜਿਹੜੇ ਨੇ ਉਹ 10 ਸਪੋਰਟਸ, ਪਾਕਿਸਤਾਨ ਟੀਵੀ ਡਿਜੀਟਲ, ਪਾਕਿਸਤਾਨ ਟੀਵੀ ਡਿਜੀਟਲ, ਸੋਨੀ ਲਾਈਵ, ਟੈਂਪਨ, ਇਹ ਵੀ ਇੱਕ ਬਹੁਤ ਅੱਛੀ ਵੈਬਸਾਈਟ ਹੈ ਜੀ। ਔਰ ਮਗਰ ਜਿਸ ਤਰ੍ਹਾਂ ਹੀ ਸੀਰੀਜ਼ ਖਤਮ ਹੋਵੇ ਇਹਨਾਂ ਦਾ ਪੈਕੇਜ ਖਤਮ ਕਰ ਦੇਣਾ, ਵਰਨਾ ਇਹ ਕਟੌਤੀ ਆਪ ਹੀ ਕਰਦੇ ਰਹਿੰਦੇ ਜੇ। ਉਸ ਤੋਂ ਬਾਅਦ ਤਮਾਸ਼ਾ 'ਤੇ ਵੀ ਤੁਸੀਂ ਇਹ ਤਮਾਸ਼ਾ ਵੇਖ ਸਕੋਗੇ। ਮਿਡਲ ਈਸਟ ਯਾਨੀ ਅਰਬ ਲੋਕ ਜਿਹੜੇ ਨੇ ਉਹ ਮਸ਼ਹੂਰ ਹੈ ਜ਼ਮਾਨਾ, ਇੱਕ ਤਾਂ ਸਲਾਹ ਟੀ ਵੀ 'ਤੇ ਇਹ ਸਾਰਾ ਕੁਝ ਵੇਖ ਸਕਣਗੇ ਜੀ। ਪੀਪਲ ਹੂ ਲਿਵ ਇਨ USA ਟੂ ਵਾਚ ਪਾਕ ਸ਼੍ਰੀਲੰਕਾ ਟੈਸਟ ਸੀਰੀਜ਼ ਔਨ ਵਿਲੋ TV। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਮੈਂ ਆਪਣਾ ਥਲਵਾਂ ਧੜ ਇਸ ਵਾਸਤੇ ਨਹੀਂ ਵਿਖਾ ਰਿਹਾ ਕਿ ਬੁਜ਼ਦਿਲ ਆਦਮੀ ਥਲਵਾਂ ਧੜ ਵਿਖਾਉਂਦੇ ਹੁੰਦੇ ਨੇ। ਮੈਂ ਜਿਸ ਹਾਲਤ 'ਚ ਵੀ ਹਾਂ ਖੁਸ਼ ਹਾਂ, ਮਗਰ ਮੈਂ ਤੁਹਾਡੇ ਨਾਲ ਵੀ ਰਾਬਤੇ 'ਚ ਰਹਿਣਾ ਚਾਹੁੰਦਾ। ਆਲ ਨੋਟੀਫਿਕੇਸ਼ਨ ਕਲਿੱਕ ਕਰਿਆ ਕਰੋ ਤਾਂ ਜਾ ਕੇ ਮੇਰੀ ਵਿਊਅਰਸ਼ਿਪ ਵਧਣੀ ਹੈ, ਵਰਨਾ ਇਸੇ ਤਰ੍ਹਾਂ ਡੁੱਬੀ ਰਹਿਣੀ ਹੈ ਅਤੇ ਫਿਰ ਤੁਸੀਂ ਕਹਿਣਾ ਤਾਂ ਵੀ ਪੰਜਾਬੀ ਨਹੀਂ ਬੋਲ ਦਿਓ।